ਕਦੀ ਮੂੰਹ ਵੇਖਿਆ ਹੀ? ਆਹੋ ਵੇਖਿਆ। ਤੇ ਵੇਖ ਕੇ ਉਲਟੀਆਂ ਨਹੀਂ ਆਉਂਦੀਆਂ? ਨਾ ਮੈਨੂੰ ਉਲਟੀ ਆਉਂਦੀ, ਨਾ ਸਿੱਧੀ ਆਉਂਦੀ ਏ, ਨਾ ਸ਼ਰਮ ਆਉਂਦੀ ਏ, ਨਾ ਮੈਨੂੰ ਹਯਾ ਆਉਂਦੀ ਏ, ਤੇ ਨਾ ਹੀ ਮੈਨੂੰ ਕਿਸੇ ਕਿਸਮ ਦੀ ਗੈਰਤ ਆਉਂਦੀ ਏ, ਕਿਉਂਕਿ ਮੇਰੇ ਵੱਲ ਜਦੋਂ ਵੀ ਆਈ ਏ ਛੱਡਵੀਂ ਜੁੱਤੀ ਆਈ ਏ। ਉਹ ਚਾਹੁੰਦਾ ਕੀ ਆ? ਜ਼ਿਆਦਾ ਨਹੀਂ, ਬਸ ਸਿੰਪਲ ਜੀ ਡਿਮਾਂਡ ਆ ਕਿ ਸਦਰ ਬਣ ਜਾਵਾਂ। ਉਹਦੇ ਲਈ ਮੈਨੂੰ ਮੁਸਲਮਾਨਾਂ ਨਾਲ ਭਾਵੇਂ ਪੇਚੇ ਲਾਣੇ ਪੈ ਜਾਣ, ਭਾਵੇਂ ਚਿੱਤਰ ਖਾਣੇ ਪੈ ਜਾਣ, ਮੈਂ ਖਾਵਾਂਗਾ। ਓਏ ਚੁੰਨੇ! ਬੇਟਾ ਚੁੰਨਾ ਹੀ ਆ, ਅੰਨਾ ਤੇ ਨਹੀਂ ਨਾ। ਓਏ ਮਰ ਜਾ ਓਏ! ਐਵੇਂ ਮਰ ਜਾਵਾਂ? ਏਡਾ ਮੈਂ ਵੇਲਾ ਮਰਨ ਮੇਰੇ ਦੁਸ਼ਮਣ, ਜਿਹਦੇ ਵਿੱਚ ਖਸੂਸੀ ਤੌਰ ਤੇ ਹੈਲਰੀ ਕਲੈਣੀ ਟੁੱਟ ਪੈਣੀ, ਉਹਦਾ ਮੂੰਹ ਇੰਜ ਆ ਜਿਵੇਂ ਪਲਾਸਟਿਕ ਦੀ ਕਿਰਲੀ ਹੁੰਦੀ ਆ। ਤੇ ਤੇਰਾ ਮੈਨੂੰ ਕੀ ਆ? ਮੈਂ ਤਾਂ ਚੰਗਾ ਭਲਾ ਸ਼ੈਤਾਨ ਆ। ਓਏ ਟਰੰਪ, ਇਹ ਤੇ ਦੱਸ ਤੇਰਾ ਮੂੰਹ ਇੰਨਾ ਲਾਲ ਕਿਉਂ ਰਹਿੰਦਾ ਵਾ? ਮੈਨੂੰ ਹਰ ਟਾਈਮ ਲਾਂਤਾਂ ਜੂ ਪੈਂਦੀਆਂ ਨੇ।